ਹਾਂਜੀ ਸਟੂਡੈਂਟਸ, ਅਭਿਆਸ ਇੱਕ ਆਪਣਾ ਸੰਖਿਆ ਪ੍ਰਣਾਲੀ। ਸੋ ਇਸ ਦੇ ਵਿੱਚ ਹੇਠ ਦਿੱਤੇ ਦਸ਼ਮਲਵ ਵਿਸਤਾਰਾਂ ਨੂੰ ਪੀ ਬਟਾ ਕਿਊ ਰੂਪ ਵਿੱਚ ਲਿਖੋ। ਪਹਿਲਾ ਸਵਾਲ ਹੈ ਆਪਣਾ, ਕੱਲ ਆਪਾਂ ਸਵਾਲ ਕੀਤੇ ਸੀਗੇ ਦਸ਼ਮਲਵ ਵਿਸਥਾਰ ਲਿਖਣੇ, ਭਾਗ ਕਰਕੇ ਆਪਾਂ ਬਟਿਆਂ ਵਾਲੀਆਂ ਰਕਮਾਂ ਨੂੰ ਦਸ਼ਮਲਵ ਦੇ ਵਿੱਚ ਬਦਲਿਆ ਸੀਗਾ, ਫਿਰ ਦੱਸਿਆ ਸੀ ਵੀ ਇਹ ਸ਼ਾਂਤ ਹੈ ਜਾਂ ਅਸ਼ਾਂਤ। ਇਸ ਵਾਰ ਕੀ ਆ, ਉਲਟਾ ਦਸ਼ਮਲਵ ਰੂਪ ਦਿੱਤਾ ਹੋਇਆ ਸਾਨੂੰ, ਅਸੀਂ ਉਹਨਾਂ ਨੂੰ ਬਟਿਆਂ 'ਚ ਪ੍ਰਮੇਯ ਰੂਪ 'ਚ ਲਿਖਣਾ, ਪੀ ਬਟਾ ਕਿਊ ਰੂਪ 'ਚ ਲਿਖਣਾ, ਇੱਕ ਨੰਬਰ ਉੱਤੇ ਇੱਕ ਥੱਲੇ। ਆਹ ਚਾਰ ਰਕਮਾਂ ਨੇ ਗੀਆਂ, ਆਪਾਂ ਇਹਨਾਂ ਨੂੰ ਵਾਰੀ ਵਾਰੀ ਹੱਲ ਕਰਦੇ ਹਾਂ ਕੀ ਮੈਥਡ ਹੈ। ਪਹਿਲੀ ਰਕਮ ਹੈ 0.3 ਬਾਰ। ਬਾਰ ਦਾ ਮਤਲਬ ਕੀ ਹੈ ਕਿ ਤਿੰਨ ਬਾਰ ਬਾਰ ਆਊਗਾ, ਤਿੰਨ ਰਿਪੀਟ ਹੋਊਗਾ, ਠੀਕ ਹੈ ਜੀ। ਉਹਦੇ ਉੱਤੇ ਬਾਰ ਪਾਈ ਹੋਈ, ਜਿਹੜਾ ਜਿਹੜਾ ਅੱਖਰ ਵੀ ਰਿਪੀਟ ਹੁੰਦਾ ਉਹਦੇ 'ਤੇ ਅਸੀਂ ਬਾਰ ਪਾਉਂਦੇ ਹਾਂ। ਜਿਵੇਂ ਇਹਦੇ 'ਤੇ 2 'ਤੇ ਪਾਈ ਹੈ, ਅਤੇ 3 'ਤੇ ਪਾਈ ਹੈ, ਅਤੇ 1 ਨੂੰ ਛੱਡ ਕੇ ਦੂਸਰੇ 'ਤੇ ਪਾਈ ਹੈ, ਯਾਨੀ ਕਿ 4 ਨਹੀਂ ਰਿਪੀਟ ਹੋਣਾ, ਇਕੱਲਾ 7 ਹੀ ਰਿਪੀਟ ਹੋਊਗਾ। ਸੋ ਪਹਿਲਾਂ ਦੇਖਦੇ ਹਾਂਗੇ ਕੀ ਤਰੀਕਾ। ਤਾਂ ਅਸੀਂ ਇਹਨੂੰ ਐਕਸ ਮੰਨ ਲੈਣਾ, ਐਕਸ ਬਰਾਬਰ 0.0, ਇਹਨੂੰ ਖੋਲ੍ਹ ਕੇ ਲਿਖ ਲੈਣਾ। 3 ਬਾਰ ਦਾ ਮਤਲਬ ਕੀ ਹੈ, 3 ਬਾਰ ਬਾਰ ਆਊਗਾ, ਤਾਂ 4 ਕੁ ਵਾਰੀ ਲਿਖ ਲੈਣਾ, ਸਮੀਕਰਨ ਨੰਬਰ 1 ਮੰਨ ਲਈ। ਫਿਰ ਅਸੀਂ ਦੇਖਣਾ ਵੀ ਦਸ਼ਮਲਵ ਤੋਂ ਬਾਅਦ ਕਿੰਨੇ ਅੱਖਰ ਨੇ, 1 ਹੈ ਜਿਹੜਾ ਰਿਪੀਟ ਹੁੰਦਾ ਹੈਗਾ, 1 ਹੈ ਉਹ, ਠੀਕ ਹੈ। ਤਾਂ ਅਸੀਂ ਜਿੰਨੇ ਅੱਖਰ ਨੇ ਦਸ਼ਮਲਵ ਤੋਂ ਬਾਅਦ, ਉਹਨਾਂ ਉਨੀਆਂ ਜ਼ੀਰੋਆਂ 1 ਨਾਲ ਲਾਉਣੀਆਂ ਨੇ, ਯਾਨੀ ਕਿ 1 ਅੱਖਰ ਹੈ ਤਾਂ 1 ਜ਼ੀਰੋ, ਯਾਨੀ ਕਿ 10, ਠੀਕ ਹੈ। 1 ਅੱਖਰ ਹੈ ਤਾਂ 10 ਨਾਲ, 2 ਅੱਖਰ ਨੇ ਤਾਂ 100 ਨਾਲ, 3 ਅੱਖਰ ਨੇ ਤਾਂ 1000 ਨਾਲ, 4 ਅੱਖਰ ਹੋਣ ਤਾਂ 10000 ਨਾਲ 1 ਗੁਣਾ ਕਰਨੀ ਹੈ। ਤਾਂ ਉਰੇ ਕੀ ਹੈ, 0 ਤੋਂ ਬਾਅਦ 1 ਅੱਖਰ ਹੈ ਤਾਂ 10 ਨਾਲ, ਤਾਂ ਅਸੀਂ ਕੀ ਕਰਨਾ, ਸਮੀਕਰਨ 1 ਨੂੰ 10 ਨਾਲ ਗੁਣਾ ਕਰਨੀ ਹੈ। ਕਰਤੀ ਗੁਣਾ, 10 ਨਾਲ ਇਹਨੂੰ ਗੁਣਾ ਕੀਤੀ, ਕਿੰਨਾ ਬਣੂਗਾ, 10x। 10 ਨਾਲ ਗੁਣਾ ਕਰਾਂਗੇ, ਦਸ਼ਮਲਵ 1 ਅੱਖਰ ਅੱਗੇ ਜਾਊਗਾ, ਇੱਥੇ ਆ ਜਾਊਗਾ, ਇਹ ਬਣ ਗਿਆ 3.3। ਤੁਸੀਂ ਕਹੋਗੇ ਵੀ ਇੱਥੇ ਤਾਂ 3 ਤੀਏ ਰਹਿਣੇ ਚਾਹੀਦੇ ਸੀ, ਇੱਥੇ ਫਿਰ 4 ਰਹਿ ਗਏ। ਅਸਲ 'ਚ ਕੀ ਹੈ, ਇਹ ਅਨੰਤ ਤੱਕ ਚੱਲਦਾ, ਕੋਈ ਅੰਤ ਨਹੀਂ ਵੀ ਕਿੰਨੇ ਕੁ ਤੀਏ ਆਉਣਗੇ। ਸੋ ਸਮੁੰਦਰ ਦੇ ਵਿੱਚੋਂ ਜੇ ਆਪਾਂ ਬਾਲਟੀ ਕੱਢ ਲਾਂਗੇ, ਉਹ 'ਚ ਕੋਈ ਬਾਹਲਾ ਫਰਕ ਨਹੀਂ ਪੈਣ ਲੱਗਿਆ। ਸੋ 4 ਤੀਏ ਨੇਗੇ, ਇੱਥੇ 1 ਤੀਆ ਹੋਰ ਲਾ ਸਕਦੇ ਹਾਂ, ਕਿਉਂਕਿ ਇਹ ਤਾਂ ਬਹੁਤ ਨੇ। ਸੋ ਐਕਸ ਬਰਾਬਰ ਇਹ ਸੀਗਾ, 10 ਨਾਲ ਗੁਣਾ ਕੀਤੀ, ਕਿਉਂਕਿ 1 ਅੱਖਰ ਸੀ ਦਸ਼ਮਲਵ ਤੋਂ ਬਾਅਦ, ਇਹ ਬਣ ਗਿਆ 10x। ਬਰਾਬਰ ਆ 1 ਦਸ਼ਮਲਵ ਇੱਥੇ ਆ ਗਿਆ, ਬਣ ਗਿਆ 3 ਪੁਆਇੰਟ, ਅੱਗੇ ਫਿਰ 3 3 3 3 3 2 ਸਮੀਕਰਨ। ਹੁਣ ਦੂਜੀ ਜੋ ਪਹਿਲੀ ਸਮੀਕਰਨ ਘਟਾਉਣੀ ਹੈ, ਘਟਾ ਤੀ 10x ਦੇ ਵਿੱਚੋਂ x ਘਟਾਤਾ, ਇੱਧਰ 3.3333 ਦੇ ਵਿੱਚੋਂ 0.3333 ਮਾਈਨਸ ਕਰਤਾ, ਘਟਾ ਕੇ 10 'ਚੋਂ 1 x ਕੱਢਿਆ, 9x ਰਹਿ ਗਏ, ਆਹ 3 'ਚੋਂ 0 ਕੱਢੀ, 3 ਰਹਿ ਗਿਆ, ਇੱਥੇ ਪਿੱਛੇ ਤਾਂ 0 ਹੀ ਬਚਣਗੀਆਂ ਸਾਰੇ ਨਿਕਲ ਕੇ, ਤਾਂ ਪਿੱਛੇ 0 ਲਿਖਣ ਦਾ ਕੋਈ ਮਤਲਬ ਨਹੀਂ। ਤਾਂ ਆਹ 9 ਇੱਧਰ ਆ ਕੇ ਵਟੇ ਹੋ ਗਿਆ, 3/9 ਕੱਟ ਗਿਆ ਜੀ, 1 3 30 3 3 9 'ਤੇ, ਤਾਂ ਪੀ ਬਟਾ ਕਿਊ ਰੂਪ ਕੀ ਆ ਗਿਆ, 1/3। ਹੁਣ ਤੁਸੀਂ ਭਾਗ ਕਰਕੇ ਦੇਖ ਲਿਓ, 1 ਨੂੰ ਵਿੱਚ ਰੱਖ ਕੇ 3 ਨੂੰ ਬਾਹਰ ਰੱਖ ਕੇ, ਆਹੀ ਆਂਸਰ ਆਊਗਾ, 0.3333 ਆ ਹੀ ਜਾਊਗਾ, ਠੀਕ ਹੈ। ਤੁਸੀਂ ਚੈੱਕ ਕਰਕੇ ਦੇਖ ਲਿਓ ਆਂਸਰ। ਦੂਸਰੀ ਰਕਮ ਹੈ 6.67। ਹੁਣ ਦੇਖੋ ਇੱਥੇ ਕਿੰਨੇ ਅੱਖਰ ਨੇ ਦਸ਼ਮਲਵ ਤੋਂ ਬਾਅਦ, 2, ਤਾਂ ਇੱਥੇ ਕਿੰਨੇ ਨਾਲ ਗੁਣਾ ਹੋਊਗੀ, ਹਾਂ ਸਹੀ ਤੁਸੀਂ ਸੋਚਿਆ, 100 ਨਾਲ ਹੋਊਗੀ। ਤਾਂ ਐਕਸ ਬਰਾਬਰ ਪਹਿਲਾਂ ਖੋਲ੍ਹ ਕੇ ਲਿਖ ਲਾਂਗੇ, 6.67 ਕਿੰਨੇ ਅੱਖਰ ਸੀਗੇ, 6 ਅਤੇ 7 ਬਾਰ ਬਾਰ ਆਉਂਦਾ ਸੀ, ਬਾਰ ਬਾਰ ਲਿਖ ਲਾਂਗੇ, 6 7 6 7 6 7 ਸਮੀਕਰਨ 1। ਕਿੰਨੇ ਅੱਖਰ ਨੇ ਬਾਰ ਬਾਰ ਆਉਂਦੇ ਨੇ, 2, ਦਸ਼ਮਲਵ ਤੋਂ ਬਾਅਦ ਕਿੰਨੇ ਨੇ, 2,
ਤਾਂ ਕਿੰਨੇ ਨਾਲ ਗੁਣਾ ਹੋਊਗੀ 100 ਨਾਲ। ਠੀਕ ਹੈ, 100 ਨਾਲ ਗੁਣਾ ਕਰਾਂਗੇ x ਦੇ ਨਾਲ ਕੀ ਬਣ ਜਾਊਗਾ 100x। ਦਸ਼ਮਲਵ ਕਿੰਨੇ ਅੱਖਰ ਅੱਗੇ ਜਾਊਗਾ 2 ਅੱਖਰ, ਕਿਉਂਕਿ 2 ਜ਼ੀਰੋਆਂ ਲਾਈਆਂ ਨੇ, ਗੁਣਾ 100 ਨਾਲ ਕੀਤੀ ਹੈ, ਇੱਥੇ ਆਊਗਾ ਤਾਂ ਇਹ ਬਣ ਜਾਊਗਾ, ਆ 6 ਤਾਂ ਪਹਿਲਾਂ ਹੀ ਪਿਆ ਸੀ ਤਾਂ ਇਹ ਬਣ ਜਾਊਗਾ 6 6 7, 6 6 7 ਇੱਥੇ ਆ ਜਾਊਗਾ ਦਸ਼ਮਲਵ। ਸੋ ਇਹ ਬਣ ਗਿਆ ਜੀ 667.67, 6 7 6 7 6 7 ਸਮੀਕਰਨ 2। ਫਿਰ ਉਹੀ ਸਟੈਪ, 2 ਸਮੀਕਰਨ ਦੇ ਵਿੱਚੋਂ ਇੱਕ ਨੂੰ ਘਟਾਉਣਾ ਹੈਗਾ, ਆ 100 ਵਾਲੀ ਦੇ ਵਿੱਚੋਂ ਇਕੱਲੇ x ਵਾਲੀ ਸਮੀਕਰਨ ਨੂੰ ਘਟਾਵਾਂਗੇ, ਇਹ ਬਣ ਗਿਆ ਜੀ 99x। ਇਹ 667 'ਚੋਂ 6 ਕੱਢਾਂਗੇ, 661 ਆ, ਪਿੱਛੇ ਤਾਂ 0 ਹੀ ਬਚਣ ਗਈਆਂ, ਕੋਈ ਲੋੜ ਨਹੀਂ ਲਿਖਣ ਦੀ, ਤਾਂ 99 ਨੂੰ ਬਟੇ ਕਰਾਂਗੇ ਇੱਧਰ, 661/99। ਸੋ ਇਹ ਆ ਗਿਆ ਜੀ P/Q ਰੂਪ। ਹੁਣ ਅਗਲਾ ਹੈ 3.235 ਦੇ ਉੱਤੇ ਬਾਰ, ਕਿੰਨੇ ਅੱਖਰਾਂ 'ਤੇ ਬਾਰ ਹੈ 3 'ਤੇ, ਮਤਲਬ 2 3 5 2 3 5 2 3 5 ਬਾਰ ਬਾਰ ਆਊਗਾ, ਅਤੇ ਦਸ਼ਮ ਤੋਂ ਬਾਅਦ ਕਿੰਨੇ ਅੱਖਰ ਨੇ 1 2 3 ਨੇ, ਤਾਂ ਕਿੰਨੇ ਨਾਲ ਗੁਣਾ ਹੋਊਗੀ 1000 ਨਾਲ। ਤਾਂ ਇਹਨੂੰ ਪਹਿਲਾਂ ਅਸੀਂ ਖੋਲ੍ਹ ਕੇ ਲਿਖਾਂਗੇ, x ਬਰਾਬਰ 3.235 2 3 5 2 3 5 ਬਾਰ ਬਾਰ, ਕਿੰਨੇ ਨਾਲ ਗੁਣਾ ਕਰਾਂਗੇ 1000 ਨਾਲ ਕਰਾਂਗੇ, ਕਿਉਂਕਿ ਦਸ਼ਮਲਵ ਤੋਂ ਬਾਅਦ 3 ਅੱਖਰ ਲੱਗੇ ਹੋਏ ਨੇ। ਸੋ ਸਮੀਕਰਨ 1 ਨੂੰ 1000 ਨਾਲ ਗੁਣਾ ਕਰਨ 'ਤੇ, 1000 ਨਾਲ ਗੁਣਾ ਕਰਾਂਗੇ ਦਸ਼ਮਲਵ ਕਿੰਨੇ ਅੱਖਰ ਅੱਗੇ ਜਾਊਗਾ 3 ਅੱਖਰ। ਠੀਕ ਹੈ, 10 ਨਾਲ ਕਰਿਆ ਸੀ 1 ਅੱਖਰ ਗਿਆ, 2 ਨਾ ਕਰਿਆ ਸੀ 2 ਅੱਖਰ ਗਿਆ, 100 ਨਾ ਕਰੇ ਤੇ, ਹੁਣ 1000 ਨਾ ਕਰਾਂਗੇ ਤਾਂ ਦਸ਼ਮਲਵ 3 ਅੱਖਰ ਅੱਗੇ ਜਾਊਗਾ, ਇੱਥੇ ਆ ਜਾਊਗਾ, ਇਹ ਬਣ ਜਾਊਗਾ 3235, 3235। ਪਿੱਛੇ ਉਹੀ 2 3 5 2 3 5 2 3 5 ਬਾਰ ਬਾਰ, ਸਮੀਕਰਨ 2। ਫਿਰ ਕੀ ਕਰਨਾ, ਉਹੀ ਸਟੈਪ, ਸਮੀਕਰਨ 2 ਦੇ ਵਿੱਚੋਂ 1 ਨੂੰ ਘਟਾਉਣਾ, ਘਟਾਇਆ ਜੀ 1000 ਦੇ ਵਿੱਚੋਂ 1 ਘਟਾਇਆ, 999 ਐਕਸ ਰਹਿ ਗਿਆ। ਇੱਧਰਲੇ ਪਾਸੇ 3235 ਦੇ ਵਿੱਚੋਂ 3 ਮਾਈਨਸ ਕੀਤਾ, 3232 ਰਹਿ ਗਿਆ, ਪਿੱਛੇ ਤਾਂ 0 ਹੀ ਆਉਣਗੀਆਂ, ਲਿਖਣ ਦੀ ਕੋਈ ਲੋੜ ਨਹੀਂ ਹੈ, ਤਾਂ 3232 ਨੂੰ ਅਸੀਂ 999 ਨਾਲ ਭਾਗ ਕਰ ਲਿਆ, ਇਹ ਕੀ ਹੈ ਸਾਡਾ P/Q ਰੂਪ। ਲਾਸਟ ਕੁਐਸਚਨ ਹੈ ਸਾਡਾ, ਕਿੰਨਾ ਸੀਗਾ 1.47। ਹੁਣ ਇਹ ਬਾਕੀਆਂ ਨਾਲੋਂ ਥੋੜ੍ਹਾ ਜਿਹਾ ਅਲੱਗ ਹੈਗਾ, ਬਾਕੀਆਂ ਦੇ ਵਿੱਚ ਤਾਂ ਦਸ਼ਮਲਵ ਤੋਂ ਬਾਅਦ ਜਿੰਨੇ ਅੱਖਰ ਹੁੰਦੇ ਸੀ ਸਾਰਿਆਂ ਦੇ ਉੱਤੇ ਬਾਰ ਹੁੰਦੀ ਸੀ, ਇਹਦੇ 'ਚ ਕੀ ਹੈ, ਇਹਦੇ 'ਚ ਦਸ਼ਮਲਵ ਤੋਂ ਬਾਅਦ ਤਾਂ ਹੈਗੇ ਨੇ 2 ਅੱਖਰ, ਪਰ 4 'ਤੇ ਨਹੀਂ ਵਾਰ ਹੈਗੀ, ਇਕੱਲੇ 7 'ਤੇ ਹੈ, ਇਹਦਾ ਮਤਲਬ ਇਕੱਲਾ 7 'ਤੇ ਵਾਰ ਵਾਰ ਆਊਗਾ, 4 ਨਹੀਂ ਵਾਰ ਵਾਰ ਆਉਂਦਾ। ਸੋ ਇਹਨੂੰ ਆਪਾਂ ਪਹਿਲਾਂ ਖੋਲ੍ਹ ਕੇ ਲਿਖਾਂਗੇ, x ਬਰਾਬਰ 1.4, ਇੱਕ ਵਾਰੀ ਰਿਹਾ ਬਸ, ਉਦੋਂ ਬਾਅਦ 7 ਵਾਰ ਵਾਰ, 7 7 7 ਅਤੇ 7, ਸਮੀਕਰਨ 1। ਹੁਣ ਦਸ਼ਮਲਵ ਤੋਂ ਬਾਅਦ ਕਿੰਨੇ ਅੱਖਰ ਨੇ 2, ਕਿੰਨੇ ਨਾਲ ਗੁਣਾ ਕਰਾਂਗੇ, ਬਿਲਕੁਲ ਠੀਕ ਹੈ 100 ਨਾਲ ਕਰਾਂਗੇ। ਸੋ ਸਮੀਕਰਨ 1 ਨੂੰ 100 ਨਾਲ ਗੁਣਾ ਕਰਨ 'ਤੇ ਸਾਡੇ ਕੋਲ ਇੱਧਰ ਕੀ ਬਣ ਜੂਗਾ 100x, ਦਸ਼ਮਲਵ ਕਿੱਥੇ ਚਲਾ ਜਾਊਗਾ 2 ਅੱਖਰ ਅੱਗੇ, 4 ਅਤੇ 7 ਨੂੰ ਟੱਪ ਕੇ ਇੱਥੇ ਕਿੰਨਾ ਬਣ ਜੂਗਾ 147, ਪਿੱਛੇ 7 7 7 7, ਸਮੀਕਰਨ 2। ਹੁਣ ਅੱਗੇ ਥੋੜ੍ਹਾ ਜਿਹਾ ਅਲੱਗ ਹੈ ਸਵਾਲ ਬਾਕੀਆਂ ਨਾਲੋਂ, ਉੱਥੇ ਤਾਂ ਆਪਾਂ ਦੂਜੀ ਸਮੀਕਰਨ ਤੋਂ ਬਾਅਦ ਘਟਾ ਦਿੰਦੇ ਸੀ ਨਾ, ਇੱਥੇ ਕੀ ਕਰਨਾ, ਇੱਥੇ ਅਸੀਂ ਇਸ ਅੱਖਰ ਦਾ ਵੀ ਧਿਆਨ ਰੱਖਣਾ ਜਿਹੜਾ ਇਕੱਲਾ ਹੀ ਹੈ, ਰਿਪੀਟ ਨਹੀਂ ਹੋ ਰਿਹਾ, ਦਸ਼ਮਲਵ ਤੋਂ ਬਾਅਦ ਕਿੰਨੇ ਅੱਖਰ ਨੇ ਜਿਹੜੇ ਰਿਪੀਟ ਨਹੀਂ ਹੋ ਰਹੇ ਉਹਨਾਂ ਦਾ ਵੀ ਧਿਆਨ ਰੱਖਣਾ। ਹੁਣ ਇਸ ਵਾਰ ਕਿੰਨੇ ਨੇ, ਇਕੱਲਾ 4, 1 ਤਾਂ 1 ਹੈ ਤਾਂ 10 ਨਾਲ ਗੁਣਾ ਕਰਨੀ ਹੈ, 100 ਨਾਲ ਤਾਂ ਅਸੀਂ ਪਹਿਲਾਂ ਕਰ ਲਈ, ਕਿਉਂਕਿ ਦੇਖਿਆ ਸੀ ਵੀ ਦਸ਼ਮਲਵ ਤੋਂ ਬਾਅਦ ਕੁੱਲ ਕਿੰਨੇ ਅੱਖਰ ਨੇ 2, ਤਾਂ 100 ਨਾਲ ਕਰ ਲਈ ਸੀ। ਹੁਣ ਅਸੀਂ ਦੇਖਣਾ ਵੀ ਰਿਪੀਟ ਕਿੰਨੇ ਨਹੀਂ ਹੋ ਰਹੇ, ਪਹਿਲਿਆਂ 'ਚ ਤਾਂ ਕੋਈ ਨਹੀਂ ਸੀ ਐਸਾ ਜਿਹੜਾ ਰਿਪੀਟ ਨਹੀਂ ਹੁੰਦਾ ਸੀ, ਤਾਂ ਅਸੀਂ ਕਿਸੇ ਨਾਲ ਗੁਣਾ ਨਹੀਂ ਸੀ ਕੀਤੀ, ਪਰ ਇਹ 'ਚ ਇੱਕ ਹੈਗਾ,
ਤਾਂ ਅਸੀਂ ਹੁਣ ਸਮੀਕਰਨ 1 ਨੂੰ ਦੁਬਾਰਾ, ਪਹਿਲਾਂ 100 ਨਾਲ ਕੀਤੀ ਸੀ, ਹੁਣ 10 ਨਾਲ ਕਰਨੀ ਹੈ। ਤਾਂ ਸਮੀਕਰਨ 1 ਨੂੰ 10 ਨਾਲ ਗੁਣਾ ਕਰਨ 'ਤੇ ਕਿੰਨਾ ਬਣ ਜੂਗਾ? 10x, ਦਸ਼ਮਲਵ 1 ਅੱਖਰ ਅੱਗੇ ਜਾਊਗਾ, 14 ਬਣ ਜੂਗਾ, ਪਿੱਛੇ 7, 7, 7, 7। ਸਮੀਕਰਨ 3 ਹੁਣ ਘਟਾਉਣਾ ਸਮੀਕਰਨ 2 ਦੇ ਵਿੱਚੋਂ 3 ਨੂੰ, ਠੀਕ ਹੈ, 100x ਦੇ ਵਿੱਚੋਂ 10x ਨੂੰ, ਅਤੇ ਇੱਧਰ 147 ਦੇ ਵਿੱਚੋਂ 14 ਨੂੰ। ਪਿੱਛੇ ਤਾਂ 0 ਹੀ ਬਚਣਗੀਆਂ, ਸੋ ਇਹ ਬਚ ਗਿਆ ਜੀ 133। 133 ਬਚ ਗਿਆ, ਤਾਂ ਇੱਧਰ 90 ਹੈ, ਭਾਗ ਕਰ ਦਾਂਗੇ ਇੱਧਰ 133/90। ਸੋ ਇਹ ਸਾਡਾ ਪੀ ਬਟਾ ਕਿਊ ਰੂਪ ਆ ਗਿਆ। ਸੋ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਪੀ ਬਟਾ ਕਿਊ ਰੂਪ ਦੇ ਵਿੱਚ ਕਿਵੇਂ ਬਦਲਣਾ ਦਸ਼ਮਲਵ ਸੰਖਿਆਵਾਂ ਨੂੰ। ਸੋ ਹੁਣ ਮੈਂ ਇਹਦੇ ਨਾਲ ਦਾ ਹੋਮਵਰਕ ਦਊਂਗਾ, ਤੁਸੀਂ ਕਰਨਾ।